ਇੱਕ ਇੰਗਲਿਸ਼ ਦਾ ਵਿਦਵਾਨ ਬੜੀ ਪਿਆਰੀ ਗੱਲ ਲਿਖਦਾ, ਉਹ ਕਹਿੰਦਾ ਵੀ ਰੱਬ ਦੇ ਪਿਆਰੇ ਸਮੁੰਦਰ ਵਰਗੇ ਹੁੰਦੇ ਆ, ਸਮੁੰਦਰ ਵਰਗੇ। ਉਹ ਕਹਿੰਦਾ ਰੱਬ ਦੇ ਪਿਆਰੇ ਸਮੁੰਦਰ ਵਰਗੇ ਹੁੰਦੇ ਆ। ਹੁਣ ਸਮੁੰਦਰ ਦੇ ਉੱਤੇ ਜਦੋਂ ਤੁਸੀਂ ਕਦੇ ਗਏ ਹੋਵੋ ਨਾ ਸਮੁੰਦਰ ਵਿੱਚ, ਸਮੁੰਦਰ ਦੇ ਕਿਨਾਰੇ ਦੇ ਉੱਤੇ ਇੱਕ ਖੋਲ ਪਏ ਹੁੰਦੇ ਆ, ਜਿਨ੍ਹਾਂ ਨੂੰ ਆਪਾਂ ਆਮ ਭਾਸ਼ਾ ਵਿੱਚ ਕਹਿ ਦਿੰਦੇ ਹਾਂ ਸਿੱਪੀਆਂ। ਹੁਣ ਤੇ ਲੋਕੀ ਬਣਾਉਣੋਂ ਹਟ ਗਏ, ਪਹਿਲਾਂ ਉਹਨਾਂ ਸਿੱਪੀਆਂ ਦੀ ਨਾ ਲੋਕੀ ਲਟਕਣ ਬਣਾਉਂਦੇ ਹੁੰਦੇ ਸੀ, ਘਰਾਂ 'ਚ ਟੰਗ ਲੈਂਦੇ ਹੁੰਦੇ ਸੀ। ਉਹ ਸਿੱਪੀ ਹੁੰਦੀ ਆ ਜਿਹਦੇ ਵਿੱਚੋਂ ਮੋਤੀ ਨਿਕਲ ਚੁੱਕਿਆ ਹੁੰਦਾ, ਤੇ ਜਿਹੜਾ ਉਹਦਾ ਖਾਲੀ ਛਿੱਲੜ ਹੁੰਦਾ, ਖਾਲੀ ਫੁਲਕ ਹੁੰਦਾ, ਉਹ ਖਾਲੀ ਹੋਣ ਤੋਂ ਬਾਅਦ ਦੋ ਫਾੜ ਹੋ ਜਾਂਦੀ ਹੈ, ਹੌਲੀ ਹੋ ਜਾਂਦੀ ਹੈ, ਤੇ ਪਾਣੀ ਦੀਆਂ ਛੱਲਾਂ ਦੇ ਨਾਲ ਉਹ ਜਿਹੜੀ ਸਿੱਪੀ ਹੈ ਫਿਰ ਉਹ ਸਮੁੰਦਰ ਦੇ ਕਿਨਾਰੇ ਦੇ ਉੱਤੇ ਆ ਜਾਂਦੀ ਹੈ। ਉਹ ਜਿਹੜਾ ਵਿਦਵਾਨ ਹੈ ਬੜੀ ਪਿਆਰੀ ਗੱਲ ਲਿਖਦਾ, ਉਹ ਕਹਿੰਦਾ ਜਿਹੜੇ ਰੱਬ ਦੇ ਪਿਆਰੇ ਨੇ ਉਹ ਤਾਂ ਸਮੁੰਦਰ ਵਰਗੇ ਨੇ। ਕਹਿੰਦੇ ਹੁਣ ਤੁਸੀਂ ਸਮੁੰਦਰ ਤੋਂ ਕੀ ਚਾਹੁੰਦੇ ਹੋ ਇਹ ਤੁਹਾਡੀ ਮਰਜ਼ੀ ਹੈ, ਕੀ ਚਾਹੁੰਦੇ ਹੋ ਤੁਸੀਂ ਇਹ ਤੁਹਾਡੀ ਮਰਜ਼ੀ ਹੈ। ਕਹਿੰਦੇ ਕੁਝ ਕੁ ਤਾਂ ਉਹ ਲੋਕ ਨੇ ਜਿਹੜੇ ਸਮੁੰਦਰ ਦੇ ਕਿਨਾਰੇ ਜਾਂਦੇ ਨੇ, ਪਾਣੀ ਦੇ ਵਿੱਚ ਹੱਸ ਖੇਡ ਕੇ ਵਾਪਸ ਮੁੜ ਆਉਂਦੇ ਨੇ, ਕੁਝ ਇਦਾਂ ਦੇ ਲੋਕ ਨੇ ਜਿਹੜੀਆਂ ਉਹਦੇ ਕਿਨਾਰੇ ਤੇ ਪਈਆਂ ਸਿੱਪੀਆਂ ਹੁੰਦੀਆਂ ਨੇ ਉਹਨਾਂ ਨੂੰ ਇਕੱਠੇ ਕਰਕੇ ਉਹ ਲਿਆਉਂਦੇ ਆ। ਕਹਿੰਦੇ ਕੁਝ ਇਦਾਂ ਦੇ ਲੋਕ ਹੁੰਦੇ ਆ ਜਿਹੜੇ ਥੋੜਾ ਜਿਹਾ ਡੂੰਘਾ ਜਾਂਦੇ ਆ ਕੋਈ ਕੀਮਤੀ ਰਤਨ ਕੱਢ ਲਿਆਉਂਦੇ ਆ, ਤੇ ਕਹਿੰਦੇ ਕੁਝ ਇਦਾਂ ਦੇ ਹੁੰਦੇ ਆ ਜਿਹੜੇ ਆਪਣੀ ਮੌਤ ਦੀ ਪਰਵਾਹ ਨਹੀਂ ਕਰਦੇ, ਸਮੁੰਦਰ ਦੀਆਂ ਗਹਿਰਾਈਆਂ ਵਿੱਚ ਤਾਰੀ ਲਾਉਂਦੇ ਆ ਤੇ ਇੰਨਾ ਕੀਮਤੀ ਮੋਤੀ ਕੱਢ ਕੇ ਲਿਆਉਂਦੇ ਆ, ਇੱਕ ਮੋਤੀ ਦੇ ਨਾਲ ਹੀ ਉਹਨਾਂ ਦੀ ਸਾਰੀ ਜ਼ਿੰਦਗੀ ਪਾਰ ਹੋ ਜਾਂਦੀ ਹੈ। ਉੱਥੇ ਸਾਰਾ ਕੁਝ ਹੀ ਹੈ, ਕੋਈ ਨਹਾ ਕੇ ਮੁੜ ਆਉਂਦਾ, ਕੋਈ ਸਿੱਪੀਆਂ ਲੈ ਕੇ ਮੁੜ ਆਉਂਦਾ, ਤੇ ਕੋਈ ਇਦਾਂ ਦਾ ਹੁੰਦਾ ਜਿਹੜਾ ਜਾਨ ਦੀਆਂ ਬਾਜ਼ੀਆਂ ਲਾ ਕੇ ਉੱਥੋਂ ਸਾਰਾ ਕੁਝ ਹੀ ਲੈ ਆਉਂਦਾ। ਉਹ ਕਹਿੰਦਾ ਸੈਂਟ ਲਾਈਕ ਇਜ ਓਸ਼ੀਅਨ, ਓਸ਼ੀਅਨ ਕਹਿੰਦੇ ਨੇ ਸਮੁੰਦਰ ਨੂੰ। ਕਹਿੰਦਾ ਰੱਬ ਦੇ ਪਿਆਰੇ ਤਾਂ ਭਾਈ ਸਮੁੰਦਰ ਵਰਗੇ ਹੈ। ਸੈਂਟ ਲਾਈਕ ਇਜ ਓਸ਼ੀਅਨ, ਯੂ ਕੈਨ ਫਾਈਂਡ ਐਵਰੀ ਜੈਮ ਅਕੋਰਡਿੰਗ ਟੂ ਯੂਅਰ ਵਰਸ਼ਿਪ ਐਂਡ ਯੂਅਰ ਵਿਲ ਪਾਵਰ। ਹੁਣ ਤੁਸੀਂ ਕੀ ਚਾਹੁੰਦੇ ਹੋ ਰੱਬ ਦੇ ਪਿਆਰੇ ਤੋਂ ਇਹ ਤੁਹਾਡੀ ਮਰਜ਼ੀ ਤੇ ਨਿਰਭਰ ਕਰਦਾ, ਤੁਹਾਡੇ ਤੇ ਨਿਰਭਰ ਕਰਦਾ ਨਾ। ਕੁਝ ਕਿੱਦਾਂ ਦੇ ਹੁੰਦੇ ਆ ਜਿਹੜੇ ਰੱਬ ਦੇ ਪਿਆਰੇ ਨੂੰ ਕਹਿੰਦੇ ਆ ਜੀ ਸਿਰ ਤੇ ਹੀ ਹੱਥ ਰੱਖ ਦਿਓ ਇੰਨਾ ਹੀ ਭਲਾ ਹੈ, ਕੁਝ ਰੱਬ ਦੇ ਪਿਆਰੇ ਨੂੰ ਕਹਿੰਦੇ ਆ ਜੀ ਘਰ ਵਿੱਚ ਦੁੱਧ ਪੁੱਤ ਦੀਆਂ ਦਾਤਾਂ ਦੇ ਦਿਓ ਇੰਨਾ ਹੀ ਭਲਾ ਹੈ, ਪਰ ਬੜੇ ਪਿਆਰ ਵਾਲੇ ਹੁੰਦੇ ਆ ਜਿਹੜੇ ਸਾਰੀ ਉਮਰ ਉਹਨਾਂ ਦੇ ਨਾਲ ਸੇਵਾ 'ਚ ਲੰਘਾ ਦਿੰਦੇ ਆ, ਤੇ ਜੇ ਮਹਾਂਪੁਰਖ ਖੁਸ਼ ਹੋ ਕੇ ਪੁੱਛਣ ਦੱਸ ਤੈਨੂੰ ਕੀ ਚਾਹੀਦਾ, ਉਹ ਦੋਵੇਂ ਹੱਥ ਜੋੜ ਕੇ ਕਹਿੰਦੇ ਆ ਜਿਵੇਂ ਤੁਸੀਂ ਪਰਮੇਸ਼ਰ ਦਾ ਨਾਮ ਜਪਿਆ ਇੱਦਾਂ ਹੀ ਮੈਨੂੰ ਵੀ ਨਾਮ ਜਪਣ ਦੀ ਜੁਗਤੀ ਦੇ ਦਿਓ। ਬੜੇ ਪਿਆਰ ਵਾਲੇ ਹੁੰਦੇ ਆ ਜਿਹੜੇ ਸਾਰੀ ਉਮਰ ਉਹਨਾਂ ਦੇ ਨਾਲ ਸੇਵਾ 'ਚ ਲੰਘਾ ਦਿੰਦੇ ਆ, ਤੇ ਜੇ ਮਹਾਂਪੁਰਖ ਖੁਸ਼ ਹੋ ਕੇ ਪੁੱਛਣ ਦੱਸ ਤੈਨੂੰ ਕੀ ਚਾਹੀਦਾ, ਉਹ ਦੋਵੇਂ ਹੱਥ ਜੋੜ ਕੇ ਕਹਿੰਦੇ ਆ ਜਿਵੇਂ ਤੁਸੀਂ ਪਰਮੇਸ਼ਰ ਦਾ ਨਾਮ ਜਪਿਆ ਇੱਦਾਂ ਹੀ ਮੈਨੂੰ ਵੀ ਨਾਮ ਜਪਣ ਦੀ ਜੁਗਤੀ ਦੇ ਦਿਓ।